ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਵੀ ਦਿੱਤੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀਤਾ ਵੀਤਾ ਪਾਂਡੇ ਘੱਟ। ਪਰ ਉਸ ਤੋਂ ਪਹਿਲਾਂ ਸਵਾਲ ਕਿਹੜੇ ਕੀਤੇ ਪੰਡਿਤ ਜੀ? ਸਭ ਤੋਂ ਪਹਿਲਾਂ ਤੇਰੇ ਗਲ ਵਿੱਚ ਜਿਹੜਾ ਰੇਸ਼ਮ ਦੇ ਧਾਗੇ ਦਾ ਨਾ ਉਹ ਮੇਰੇ ਗਲ 'ਚ ਪਾ। ਪੰਡਿਤ ਜੀ ਨੇ ਜਵਾਬ ਦਿੱਤਾ, ਕਹਿੰਦੇ ਨਹੀਂ ਏਦਾਂ ਨਹੀਂ ਹੋ ਸਕਦਾ, ਫਰਕ ਹੀ ਖਤਮ ਹੋ ਜਾਏਗਾ। ਜੇਕਰ ਮੈਂ ਆਪਣਾ ਜਨੇਊ ਤੇਰੇ ਗਲ 'ਚ ਪਾਤਾ ਤੂੰ ਮੇਰੇ ਬਰਾਬਰ ਹੋ ਜਾਏਗਾ, ਇਸ ਕਰਕੇ ਇਹ ਮੈਂ ਆਪਣਾ ਜਨੇਊ ਰੇਸ਼ਮ ਦੇ ਧਾਗੇ ਵਾਲਾ ਤੇਰੇ ਗਲ 'ਚ ਨਹੀਂ ਪਾ ਸਕਦਾ। ਨਹੀਂ ਪਾਉਣਾ ਕੋਈ ਗੱਲ ਨਹੀਂ, ਫਿਰ ਇਸ ਤਰ੍ਹਾਂ ਕਰ, ਮੇਰੇ ਘਰ ਦੇ ਵਿੱਚ ਨਾ ਮੇਰੀ ਭੈਣ ਹੈ, ਇੱਕ ਮੇਰੀ ਮਾਂ ਹੈ, ਭੈਣ ਮੇਰੇ ਤੋਂ ਵੱਡੀ ਹੈ, ਮਾਂ ਨੇ ਮੈਨੂੰ ਜਨਮ ਦਿੱਤਾ ਹੈ। ਤੇ ਫਿਰ ਪੰਡਿਤ ਜੀ ਇੱਕ ਕੰਮ ਕਰੋ, ਹਾਂ ਆਹ ਜਿਹੜਾ ਜਨੇਊ ਤੁਸੀਂ ਤਿਆਰ ਕੀਤਾ ਪਹਿਲਾਂ ਮੇਰੀ ਭੈਣ ਦੇ ਗਲ ਵਿੱਚ ਪਾ ਦਿਓ, ਪਹਿਲਾਂ ਮੇਰੀ ਮਾਂ ਦੇ ਗਲ ਵਿੱਚ ਪਾ ਦਿਓ, ਮੇਰੇ ਤੋਂ ਵੱਡੇ ਨੇ, ਉਹਨਾਂ ਨੇ ਤੇ ਪਾਇਆ ਨਹੀਂ ਹੋਇਆ। ਪੰਡਿਤ ਹਰਦਿਆਲ ਚੁੱਪ ਹੋ ਗਿਆ, ਕਹਿੰਦੇ ਇਸਤਰੀ ਦੇ ਗਲ ਵਿੱਚ ਵੀ ਨਹੀਂ ਪੈ ਸਕਦਾ। ਫਿਰ ਤੀਸਰਾ ਸਵਾਲ, ਨਾ ਤੂੰ ਆਪਦਾ ਧਾਗਾ ਮੇਰੇ ਗਲ 'ਚ ਪਾ ਸਕਦਾ, ਨਾ ਮੇਰੀ ਭੈਣ ਤੇ ਨਾ ਮੇਰੀ ਮਾਂ ਦੇ ਗਲ ਵਿੱਚ ਪੈ ਸਕਦਾ। ਫਿਰ ਇਸ ਤਰ੍ਹਾਂ ਕਰੋ, ਇੱਕ ਹੋਰ ਕੰਮ ਕਰ ਲਓ, ਮੇਰੇ ਨਾਲ ਹਮੇਸ਼ਾ ਰਹਿਣ ਵਾਲਾ ਮੇਰਾ ਇੱਕ ਸਾਥੀ ਹੈ ਜਿਹਦਾ ਨਾਮ ਹੈ ਭਾਈ ਮਰਦਾਨਾ, ਰਬਾਬ ਵਜਾਉਂਦਾ ਹੈ ਮੇਰੇ ਨਾਲ ਜਦੋਂ ਇਲਾਹੀ ਬਾਣੀ ਆਉਂਦੀ ਹੈ, ਮੇਰੇ ਨਾਲ ਮੇਰਾ ਸਾਥੀ ਹੈ, ਮੇਰਾ ਭਰਾ ਹੈ, ਮੈਂ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦਾ, ਇੱਦਾਂ ਕਰਕੇ ਆ ਤਿਆਰ ਕੀਤਾ ਹੋਇਆ ਪਹਿਲਾਂ ਇਹਦੇ ਗਲ 'ਚ ਪਾ ਦਿਆ। ਇਹ ਕਿੱਦਾਂ ਦੀ ਗੱਲ ਕਰ ਰਹੇ ਹੋ? ਸ਼ੂਦਰ ਦੇ ਗਲ ਵਿੱਚ ਮੈਂ ਇਹ ਜਨੇਊ ਨਹੀਂ ਪਾ ਸਕਦਾ, ਮੈਨੂੰ ਅਧਿਕਾਰ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜ ਕੇ ਪੰਡਿਤ ਹਰਦਿਆਲ ਨੂੰ ਕਿਹਾ, ਪੰਡਿਤ ਜੀ ਜਿਹੜਾ ਇਹ ਤੁਹਾਡਾ ਤਿਆਰ ਕੀਤਾ ਜਨੇਊ ਸਮਾਜ ਨੂੰ ਇੰਨੇ ਹਿੱਸਿਆਂ ਵਿੱਚ ਵੰਡ ਰਿਹਾ ਹੈ, ਨਾ ਮੇਰੀ ਭੈਣ ਪਾ ਸਕਦੀ ਹੈ, ਨਾ ਮੇਰੀ ਮਾਂ ਪਾ ਸਕਦੀ ਹੈ, ਨਾ ਮੇਰਾ ਸਾਥੀ ਭਾਈ ਮਰਦਾਨਾ ਪਾ ਸਕਦਾ ਹੈ, ਆਪਣੇ ਵਾਲਾ ਲਾ ਕੇ ਮੇਰੇ ਗਲ 'ਚ ਨਹੀਂ ਪਾਉਣਾ, ਸਾਰੇ ਸਮਾਜ ਨੂੰ ਇਸ ਤਰ੍ਹਾਂ ਵੰਡ ਕੇ ਰੱਖ ਦਿੱਤਾ ਜਿਸ ਜਨੇਊ ਨੇ, ਐਸਾ ਜਨੇਊ ਮੈਨੂੰ ਨਹੀਂ ਚਾਹੀਦਾ, ਜਾ ਲੈ ਨਾ ਜਿਹਨੂੰ ਮਰਜ਼ੀ ਪਾਵੇ। ਆਖੋ ਸਤਨਾਮ ਸ਼੍ਰੀ। ਉਸ ਸਮੇਂ ਨਾ ਇੱਕ ਗੱਲ ਸੋਚਿਓ, ਥੋੜ੍ਹਾ ਜਿਹਾ ਸਮਝਿਓ ਇਸ ਗੱਲ ਨੂੰ। ਜਦੋਂ ਗੁਰੂ ਬਾਬਾ ਜੀ ਨੇ ਰੋਕਿਆ ਹੋਏਗਾ, ਹੱਥ ਕੀਤਾ ਹੋਏਗਾ ਪੂਰਾ ਸਮਾਜ ਉਸ ਸਮੇਂ ਦਾ, ਜਿਹੜਾ ਇਹ ਰਸਮਾਂ ਅੱਜ ਤੱਕ ਨਿਭਾਉਂਦਾ ਆ ਰਿਹਾ ਸੀ, ਸਾਰੇ ਦਾ ਸਾਰਾ ਸਮਾਜ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਖਿਲਾਫ ਚਲਾ ਗਿਆ, ਘਰ ਦੇ ਵੀ ਖਿਲਾਫ। ਤੂੰ ਇਹ ਕੀ ਕਹਿੰਦਾ, ਕਰ ਲਾ ਫਿਰ ਕੀ ਹੋ ਗਿਆ, ਕੀ ਹੋ ਜਾਏਗਾ? ਸੱਚਮੁੱਚ ਉਹ ਪਹਿਲਾ ਕਾਰਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਕੀਤਾ, ਨਾ ਕੋਈ ਦੁਨੀਆ ਦਾ ਇਨਸਾਨ, ਨਾ ਕੋਈ ਦੁਨੀਆ ਦਾ ਮਹਾਤਮਾ, ਤੇ ਨਾ ਹੀ ਕੋਈ ਦੁਨੀਆ ਦਾ ਹੋਰ ਗੁਰੂ ਕਰ ਸਕਿਆ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਸਾਨੂੰ ਬਰਾਬਰਤਾ, ਆਹ ਜਿਹੜਾ ਅਸੀਂ ਪੰਗਤ ਵਿੱਚ ਬੈਠੇ ਹਾਂ ਨਾ, ਜੇ ਉਦਣ ਗੁਰੂ ਨਾਨਕ ਸਾਹਿਬ ਜੀ ਪੰਡਿਤ ਹਰਦਿਆਲ ਦੀ ਬਾਹ ਨਾ ਫੜਦੇ, ਅੱਜ ਅਸੀਂ ਏਦਾਂ ਇਕੱਠੇ ਹੋ ਕੇ ਨਹੀਂ ਸੀ ਬੈਠੇ ਹੋਣਾ। ਆਖੋ ਸਤਨਾਮ ਸ਼੍ਰੀ। ਇਹ ਉਹਨਾਂ ਦੀ ਦੇਣ ਹੈ, ਬਰਾਬਰਤਾ ਦਾ ਹੱਕ ਦੇ ਕੇ ਗੱਲ ਕਰੀ। ਅੱਗੇ ਚੱਲ ਕੇ ਸਮਾਜ ਨੂੰ ਸਭ ਤੋਂ ਪਹਿਲਾਂ ਜੀ ਇਹ ਕੰਮ ਇੱਕ ਹੈ, ਬਣੀ ਹੋਈ ਸੜਕ ਤੇ ਚੱਲਣਾ ਬਹੁਤ ਸੌਖਾ ਹੈ, ਪਰ ਜਦੋਂ ਆਪ ਰਸਤਾ ਬਣਾ ਕੇ ਤੁਰਨਾ ਹੋਵੇ ਵੀ ਪਹਿਲਾ ਰਸਤਾ ਮੈਂ ਬਣਾਵਾਂਗਾ, ਉਹ ਚੀਜ਼ ਕਰਨੀ ਬਹੁਤ ਔਖੀ ਹੈ। ਗੁਰੂ ਨਾਨਕ ਸਾਹਿਬ, ਹੁਣ ਦੇਖਿਓ ਅਸੀਂ ਸਿੱਖ ਧਰਮ ਵਿੱਚ ਜਨਮ ਲਿਆ, ਸਿਧਾਂਤ ਸਾਡੇ ਕੋਲ ਨੇ, ਨਿਯਮ ਸਾਡੇ ਕੋਲ ਨੇ, ਚੱਲਣਾ ਬਹੁਤ ਸੌਖਾ ਹੈ, ਪਰ ਕਿਸੇ ਸਿਧਾਂਤ ਨੂੰ ਸ਼ੁਰੂਆਤ ਕਰਨੀ, ਨਵੇਂ ਸਿਰੇ ਤੋਂ ਲੈ ਕੇ ਚੱਲਣਾ, ਸਭ ਤੋਂ ਵੱਡੀ ਮੁਸ਼ਕਲ ਉਹਨਾਂ ਨੂੰ ਆਉਂਦੀ ਹੈ ਜਿਹੜੇ ਉਹਨਾਂ ਕਾਰਜਾਂ ਲਈ ਅੱਗੇ ਲੱਗ ਕੇ ਤੁਰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਜੋ ਇਤਿਹਾਸਕ ਵਿਚਾਰ ਹੈ, ਦੂਸਰਾ ਸਮਾਜ ਦੇ ਸੁਧਾਰ ਵਾਸਤੇ ਜਿਹਨੂੰ ਕਹਿੰਦੇ ਸ਼ੂਦਰ, ਇਹ ਬਰਾਬਰਤਾ ਦਾ ਹੱਕ ਨਹੀਂ ਰੱਖ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੇ ਮੁੱਦੇ ਇੱਕ ਹੋਰ ਚਪੇੜ ਮਾਰੀ, ਜਿਹਨੂੰ ਸਮਾਜ ਕਹਿੰਦਾ ਹੈ ਇਹ ਨੀਵੀਂ ਜਾਤ ਦੇ ਨੇ, ਛੋਟੀ ਜਾਤ ਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਾਥੀ ਹੀ ਭਾਈ ਮਰਦਾਨੇ ਨੂੰ ਬਣਾ ਲਿਆ। ਤੇ ਜਦੋਂ ਸਾਥੀ ਬਣਾਇਆ, ਮਿੱਤਰ ਬਣਾ ਲਿਆ, ਨਾਲ ਲੈ ਕੇ ਤੁਰਦੇ ਨੇ, ਤੇ ਧਿਆਨ ਦੇਣਾ, ਸਭ ਤੋਂ ਪਹਿਲਾਂ ਪ੍ਰਚਾਰਕ ਦੌਰਾ ਕਰਦੇ ਹੋਏ ਭਾਈ ਲਾਲੋ ਦਾ ਦਰਵਾਜ਼ਾ ਖੜਕਾਉਂਦੇ ਹੈ, ਮਲਕ ਭਾਗੋ ਦੇ ਵੱਲ ਦੇਖਦੇ ਤੱਕ ਨਹੀਂ, ਉਹਦੇ ਵੱਲ ਨਹੀਂ ਜਾਂਦੇ, ਲਾਲੋ ਦਾ ਦਰਵਾਜ਼ਾ ਬੂਹਾ ਖੜਕਾਉਂਦੇ ਹੈ। ਹੁਣ ਫਿਰ ਸਮਾਜ ਇੱਕ ਪਾਸੇ ਖਲੋਤਾ ਹੈ, ਮਲਕ ਭਾਗੋ ਇੱਕ ਪਾਸੇ ਖਲੋਤਾ ਹੈ, ਉਹ ਵਾਰ ਵਾਰ ਆਪਣੇ ਬੰਦੇ ਭੇਜਦਾ ਹੈ, ਨਾਨਕ ਨੂੰ ਕੀ ਹੋ ਗਿਆ,
खत्री हो के मेरा ब्रह्म पूज करने वास्ते नहीं आया, मेरे खाने ते नहीं आया, उस गरीबड़े जिहड़े जाके घर दे विच जाके ओह की ओह देगा खाण वास्ते, की ओहदे कोल है खवाउण वास्ते, इदां दीआं गल्लां करदा है, इदां दे बोल बोलदा है। ते गुरु नानक साहब जी नूं जदों वार वार सद्दे भेजे जांदे है ते हुण मलक भागो ने आखरी गल पता की कही, जे इदां ना आवे ना दूजे तरीके नाल लैके आयो, मेरे बाबे नूं इदां नहीं मंनदा, दूजे तरीके नाल लैके आयो। बंदे काफी सारे भेज दिते, गुरु नानक साहब जी कहिंदे जाना ही पैना है, इहनूं भी दसणा पैना है, आप अगे होके चले। मरदाना जी साथी जिहनूं भरा गया बनाया ते नाल रखिया भी नाल लैके तुरे, ते जदों मलक भागो ओह ब्रह्म भोज हो रहा, सारे बैठे हुए ने, गुरु नानक साहब जी ने एक ही गल कीती, मैं तेरा ब्रह्म भोज छक लवांगा, मैं बैठ जावांगा, मैनूं कोई इतराज नहीं, पर मेरी एक कंडीशन है। कंडीशन की, जिथे इस ब्रह्म भोज दे विच मैं प्रसादा छकांगा, तेरी रोटी खावांगा, आ मेरा साथी है, इहनूं बराबर बिठाउणा पऊ, जे मंजूर है तां दस। उत्थे भी कोई जवाब नहीं, इदां नहीं हो सकदा। ते उह जिहड़े बैठे सी सारे हंकार दे विच, उह सारे उठ के चले गए, भाव के गुरु नानक साहब जी ने जो अज ਇਹ ਖਾਲਸਾ ਪੰਥ ਮੁਕੰਮਲ ਰੂਪ ਵਿੱਚ ਅਸੀਂ ਵੇਖ ਰਹੇ ਹਾਂ, ਮੁਕੰਮਲ ਰੂਪ ਦੇ ਵਿੱਚ ਇਸ ਦਾ ਜਿਹੜਾ ਬੀਜ ਬੀਜਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਉਹ ਪ੍ਰਗਟ ਹੋਇਆ, ਮਿੱਟੀ ਧੁੰਦ ਕੀ ਖਤਮ ਹੋ ਗਿਆ, ਧੁੰਦ ਖਤਮ ਹੋ ਗਈ। ਇੱਕ ਬੇਨਤੀ ਇੱਥੇ ਮੈਂ ਕਰ ਦੇਵਾਂ, ਰਾਤ ਦਾ ਹਨੇਰਾ ਬੜੇ ਸੌਖੇ ਢੰਗ ਨਾਲ ਖਤਮ ਕੀਤਾ ਜਾ ਸਕਦਾ ਹੈ, ਲਾਈਟ ਜਗਾ ਦਿਓ, ਹਨੇਰਾ ਚਲਾ ਜਾਏਗਾ। ਇੱਕ ਮੋਮਬੱਤੀ ਵੀ, ਇੱਕ ਮਾਚਿਸ ਦੀ ਤੀਲੀ ਵੀ ਰਾਤ ਦੇ ਹਨੇਰੇ ਨੂੰ ਬੜੇ ਸੌਖੇ ਤਰੀਕੇ ਨਾਲ ਖਤਮ ਕਰ ਦੇਵੇਗੀ। ਜੇ ਖਤਰਨਾਕ ਹੈ, ਉਹ ਸਭ ਤੋਂ ਖਤਰਨਾਕ ਚੀਜ਼ ਹੈ ਚਿੱਟੀ ਧੁੰਦ, ਨਾ ਲਾਈਟਾਂ ਦੇ ਨਾਲ ਜਾਵੇ, ਨਾ ਮੋਮਬੱਤੀਆਂ ਨਾਲ ਜਾਵੇ, ਉਹ ਤੇ ਖਤਮ ਨਹੀਂ ਹੁੰਦੀ, ਪਰ ਉਹਨੂੰ ਖਤਮ ਕਰਨ ਲਈ ਸੂਰਜ ਦੀ ਰੋਸ਼ਨੀ ਦੀ ਜ਼ਰੂਰਤ ਪੈਂਦੀ ਹੈ। ਸੂਰਜ ਤੋਂ ਬਿਨਾਂ ਚਿੱਟੀ ਧੁੰਦ ਖਤਮ ਨਹੀਂ ਹੋ ਸਕਦੀ। ਇਸੇ ਕਰਕੇ ਭਾਈ ਗੁਰਦਾਸ ਜੀ ਉਦਾਹਰਣ ਲੈਂਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਸਾਰੇ ਸੰਸਾਰ ਦੇ ਵਿੱਚ ਸੱਚ ਦਾ ਫੈਲਾਵ ਹੋ ਗਿਆ, ਪਸਾਰਾ ਹੋ ਗਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਕਿਸ ਤਰ੍ਹਾਂ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲਵਾ। ਕਹਿੰਦੇ ਜਿਸ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਹੈ, ਤਾਰੇ ਛਿਪ ਜਾਂਦੇ ਨੇ ਤੇ ਹਨੇਰਾ ਖਤਮ ਹੋ ਜਾਂਦਾ ਹੈ, ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਜਦੋਂ ਪ੍ਰਕਾਸ਼ਮਾਨ ਹੁੰਦੇ ਨੇ, ਪ੍ਰਕਾਸ਼ਮਾਨ ਹੋਣ ਤੋਂ ਬਾਅਦ ਇਸ ਸਮਾਜ ਦੇ ਵਿੱਚ ਜਾਤ ਪਾਤ ਦਾ ਤੇ ਹੋਰ ਇਸ ਤਰ੍ਹਾਂ ਦੇ ਕਰਮ ਕਾਂਡਾਂ, ਵਹਿਮਾਂ ਭਰਮਾਂ, ਪਖੰਡਾਂ ਦਾ ਜਿਹੜਾ ਇਹ ਚਿੱਟੀ ਧੁੰਦ ਫੈਲੀ ਹੋਈ ਸੀ ਨਾ, ਇਹ ਸਾਰੀ ਭੱਜ ਗਈ। ਭਾਈ ਗੁਰਦਾਸ ਜੀ ਦਾ ਇੱਕ ਹੋਰ ਬਚਨ, ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਤੀਰ ਤਰੋਆ, ਜਿੱਥੇ ਬਾਬਾ ਪੈਰ ਤਰੇ, ਪੂਜਾ ਆਸਣ ਥਾਪੜ ਸੋਆ। ਸਿੰਘ ਬੁਕੇ, ਉਦਾਹਰਨ ਬੜੀ ਪਿਆਰੀ ਹੈ, ਕਹਿੰਦੇ ਬਾਬਾ ਜੀ ਦੀ ਆਵਾਜ਼ ਸੁਣ ਕੇ, ਗੱਲ ਸੁਣ ਕੇ, ਬਾਬਾ ਜੀ ਦੇ ਬੋਲ ਸੁਣ ਕੇ, ਜਿਹੜੇ ਪਖੰਡ ਕਰਨ ਵਾਲੇ ਸੀ, ਜਿਨ੍ਹਾਂ ਨੇ ਦੁਕਾਨਾਂ ਖੁੱਲੀਆਂ ਹੋਈਆਂ ਸੀ ਪਖੰਡਾਂ ਦੀਆਂ, ਬਾਬੇ ਵੜ ਕੇ ਬੈਠੇ ਸੀ, ਜਦੋਂ ਬਾਬਾ ਜੀ ਬੋਲਦੇ ਸੀ ਨਾ, ਗੱਲ ਕਰਦੇ ਸੀ, ਗਰਜਵੀਂ ਆਵਾਜ਼ ਵਿੱਚ ਬੋਲਦੇ ਸੀ, ਡਟ ਕੇ ਬੋਲਦੇ ਸੀ, ਡਰਦੇ ਨਹੀਂ ਸੀ, ਤੇ ਕਹਿੰਦੇ ਸਿੰਘ ਬੁਕੇ, ਜਿਵੇਂ ਕਹਿੰਦੇ ਉਦਾਹਰਨ ਬੜੀ ਪਿਆਰੀ ਹੈ, ਜੰਗਲ ਦੇ ਵਿੱਚ ਸ਼ੇਰ ਇੱਕ ਹੈ, ਹੋਰ ਜਾਨਵਰ ਬਹੁਤ ਤੁਰੇ ਫਿਰਦੇ ਹੈ, ਪਹਿਲਾਂ ਤੇ ਜੀ ਉਹ ਜਾਨਵਰ ਆਸੇ ਪਾਸੇ ਕੁਝ ਕੋਈ ਖਾ ਰਿਹਾ ਹੈ, ਕੋਈ ਇੱਧਰ ਉੱਧਰ ਘੁੰਮ ਰਿਹਾ ਹੈ, ਪਰ ਜਦੋਂ ਹੀ ਸ਼ੇਰ ਕਿਤੇ ਦੂਰ ਇੱਕ ਗਰਜਵੀਂ ਆਵਾਜ਼ ਵਿੱਚ ਦਹਾੜ ਮਾਰਦਾ ਹੈ, ਤੇ ਕਹਿੰਦੇ ਛੋਟੇ ਛੋਟੇ ਜਾਨਵਰ ਆਵਾਜ਼ ਸੁਣ ਕੇ ਹੀ ਭੱਜਣਾ ਸ਼ੁਰੂ ਕਰ ਦਿੰਦੇ ਹੈ, ਹਿਰਨਾਂ ਦੀਆਂ ਡਾਰਾਂ ਇੱਧਰ ਉੱਧਰ ਰਸਤਾ ਲੱਭਦੀਆਂ ਨੇ ਵੀ ਕਿਤੇ ਸਾਡੇ ਵੱਲ ਨੂੰ ਨਾ ਆ ਜਾਵੇ, ਤੇ ਸਾਰੇ ਜਾਨਵਰ ਭੱਜ ਦੌੜ ਮੱਚ ਜਾਂਦੀ ਹੈ। ਕਹਿੰਦੇ ਸਿੰਘ ਬੁਕੇ, ਜਦੋਂ ਗੁਰੂ ਨਾਨਕ ਸਾਹਿਬ ਜੀ ਬੋਲਦੇ ਨੇ ਮਿਰਗਾਵਲੀ, ਤੇ ਆ ਮਿਰਗਾਂ ਦੀਆਂ ਡਾਰਾਂ ਭਾਵ ਪਖੰਡ ਕਰਨ ਵਾਲੇ ਜਿਹੜੇ ਨੇ, ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਧੀਰ ਧਰੋਆ, ਧੀਰਜ ਨਹੀਂ ਵੱਜਦਾ, ਕਹਿੰਦੇ ਇਹਨਾਂ ਨੂੰ ਇੱਕ ਜਗ੍ਹਾ ਨਹੀਂ ਖੜਦੇ,
ਜਿੱਦਾਂ ਹਿਰਨ ਭੱਜ ਜਾਂਦੇ ਨੇ ਸ਼ੇਰ ਦੀ ਆਵਾਜ਼ ਸੁਣ ਕੇ, ਕਹਿੰਦੇ ਬਾਬੇ ਦੀ ਆਵਾਜ਼ ਸੁਣ ਕੇ ਇਹਨਾਂ ਪਖੰਡੀਆਂ ਨੂੰ ਵੀ ਉਸ ਸਮੇਂ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਭੱਜਣਾ ਪੈ ਜਾਂਦੀਆਂ ਸੀ ਕਿ ਬਾਬਾ ਜੀ ਦੇ ਗੱਲ ਦਾ, ਬਾਬਾ ਜੀ ਦੇ ਸਵਾਲ ਦਾ ਜਵਾਬ ਕੀ ਦਈਏ, ਕੀ ਜਵਾਬ ਦਈਏ ਗੁਰੂ ਨਾਨਕ ਸਾਹਿਬ ਜੀ ਦੇ ਸਵਾਲ ਦਾ। ਗੁਰੂ ਨਾਨਕ ਸਾਹਿਬ ਜੀ ਦੇ ਸਵਾਲ ਇੱਦਾਂ ਦੇ ਸੀ। ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਜੀ ਨੇ ਆਪ ਕਦੀ ਸਵਾਲ ਨਹੀਂ ਖੜਾ ਕੀਤਾ ਕਿਸੇ ਦੇ, ਆਪ ਨਹੀਂ ਜਾ ਕੇ ਪੁੱਛਦੇ ਵੀ ਤੂੰ ਇੱਦਾਂ ਕਿਉਂ ਕਰ। ਜਿਵੇਂ ਨਦੀ ਦੇ ਵਿੱਚ ਉਲਟੇ ਪਾਸੇ ਨੂੰ ਪਾਣੀ ਦੇ ਰਹੇ ਨੇ ਸੂਰਜ ਵਾਲੇ ਪਾਸੇ ਨੂੰ ਤੇ ਕਹਿੰਦੇ ਜੀ ਪਿੱਤਰਾਂ ਤੱਕ ਪਹੁੰਚੇ, ਗੁਰੂ ਨਾਨਕ ਸਾਹਿਬ ਜੀ ਉਸੇ ਪਾਣੀ ਵਿੱਚ ਖਲੋ ਕੇ ਉਲਟੇ ਪਾਸੇ ਨੂੰ ਪਾਣੀ ਦੇ ਰਹੇ ਨੇ। ਉਹ ਸਾਰੇ ਹੱਸ ਰਹੇ ਨੇ ਜਿਹੜੇ ਸੂਰਜ ਨੂੰ ਪਾਣੀ ਦੇਣ ਵਾਲੇ ਸੀ, ਖਿੜ ਖੜਾ ਕੇ ਹੱਸੇ, ਕਹਿੰਦੇ ਪਤਾ ਨਹੀਂ ਕਿਹੜਾ ਮੂਰਖ ਆ ਗਿਆ, ਇਹਨੂੰ ਕਮਲੇ ਜਿਹਨੂੰ ਪਤਾ ਹੀ ਨਹੀਂ ਕਰੀ ਕੀ ਜਾਂਦਾ। ਤੇ ਇੱਕ ਸਿਆਣਾ ਜਿਹਾ ਬਣ ਕੇ ਨਾ, ਵਿਦਵਾਨ ਜਿਹਾ ਬਣ ਕੇ ਕੋਲ ਆ ਕੇ ਕਹਿੰਦਾ ਬਾਬਾ ਜੀ ਤੁਸੀਂ ਕੀ ਕਰੀ ਜਾਂਦੇ? ਤੇ ਬਾਬਾ ਜੀ ਉਹਨੂੰ ਪੁੱਛਦਾ ਤੂੰ ਕੀ ਕਰੀ ਜਾਂਦਾ? ਕਹਿੰਦੇ ਜੀ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਸਾਡੇ ਮਰ ਚੁੱਕੇ ਪਿੱਤਰ ਉੱਥੇ ਪਹੁੰਚੇ ਹੋਏ ਨੇ, ਅਸੀਂ ਸੋਚਿਆ ਉਹਨਾਂ ਤੱਕ ਪਾਣੀ ਪਹੁੰਚਾ ਦਈਏ, ਪਿਆਸ ਲੱਗੀ ਹੋਏਗੀ ਉਹਨਾਂ ਨੂੰ। ਤੇ ਬਾਬਾ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੇ ਤੁਸੀਂ ਉੱਥੇ ਪਿੱਤਰਾਂ ਨੂੰ ਪਾਣੀ ਦੇ ਰਹੇ ਹੋ, ਮੇਰੇ ਨਾ ਕਰਤਾਰਪੁਰ ਦੀ ਧਰਤੀ ਤੇ ਮੇਰੇ ਖੇਤ ਨੇ, ਮੈਂ ਜ਼ਿਮੀਦਾਰ ਬੰਦਾ ਤੇ ਬੜੀ ਦੂਰ ਹਾਂ ਮੈਂ ਆਪਣੇ ਖੇਤਾਂ ਤੋਂ। ਇਹੋ ਜਿਹਾ ਕੁਝ ਸਮਾਂ ਆਇਆ ਵੀ ਮੇਰੇ ਖੇਤ ਸੁੱਕ ਚੁੱਕੇ ਨੇ, ਉੱਥੇ ਹੁਣ ਬਿਲਕੁਲ ਵਰਖਾ ਨਹੀਂ ਹੋ ਰਹੀ, ਪਾਣੀ ਨਹੀਂ ਆ ਰਿਹਾ, ਮੇਰੇ ਖੇਤ ਸੁੱਕ ਜਾਣਗੇ। ਮੈਂ ਵੀ ਸੋਚਿਆ ਵੀ ਚਲੋ ਮੈਂ ਇੱਥੋਂ ਪਾਣੀ ਖੇਤਾਂ ਤੱਕ ਪਹੁੰਚਾ ਦਾਂ, ਮੇਰੇ ਖੇਤ ਹਰੇ ਭਰੇ ਹੋ ਜਾਣਗੇ। ਫਿਰ ਦੁਬਾਰਾ ਹੱਸੇ, ਕਹਿੰਦੇ ਕਿੱਡਾ ਵੱਡਾ ਕਮਲਾ ਹੈ, ਇਹਨੂੰ ਇਹ ਨਹੀਂ ਪਤਾ ਵੀ ਖੇਤਾਂ ਤੱਕ ਪਾਣੀ ਉਹ ਵੀ ਇੱਥੇ ਇੱਥੋਂ ਐ ਪਾਣੀ ਦੇਵੇ ਤੇ ਬੁੱਕਾਂ ਨਾਲ ਪਾਣੀ ਤੇਰਾ ਖੇਤਾਂ ਤੱਕ ਪਹੁੰਚ ਜਾਏਗਾ। ਤੇ ਬਾਬਾ ਜੀ ਵੀ ਅੱਗੇ ਉਹ ਕਹਿੰਦੇ ਅੱਛਾ ਮੇਰਾ ਇੱਦਾਂ ਦਿੱਤਾ ਹੋਇਆ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਸਕਦਾ? ਕਹਿੰਦੇ ਬਿਲਕੁਲ ਨਹੀਂ ਪਹੁੰਚ ਸਕਦਾ। ਗੁਰੂ ਗਰੰਟੀ ਹੈ? ਕਹਿੰਦੇ ਹਾਂ ਬਿਲਕੁਲ। ਕਹਿੰਦੇ ਜਿਹਨੂੰ ਮਰਜ਼ੀ ਪੁੱਛ ਲਓ, ਇੰਨੇ ਖੜੇ ਨੇ, ਜਿਹਨੂੰ ਮਰਜ਼ੀ ਸਵਾਲ ਕਰ ਲਓ ਇਹ ਵਾਲਾ, ਤੇ ਅਸੀਂ ਸ਼ਰਤ ਲਾ ਕੇ ਕਹਿੰਦੇ ਹਾਂ, ਦਾਵਾ ਕਰਕੇ ਕਹਿੰਦੇ ਹਾਂ, ਤੁਹਾਡਾ ਇਹ ਹੱਥਾਂ ਨਾਲ ਦਿੱਤਾ ਪਾਣੀ ਤੁਹਾਡੇ ਖੇਤਾਂ ਤੱਕ ਨਹੀਂ ਪਹੁੰਚਣਾ। ਤੇ ਬਾਬਾ ਜੀ ਕਹਿੰਦੇ ਤੁਸੀਂ ਕਿਵੇਂ ਬਚਾ ਰਹੇ ਹੋ? ਜੇ ਮੇਰਾ ਖੇਤਾਂ ਤੱਕ ਨਹੀਂ ਪਹੁੰਚਣਾ, ਮੈਨੂੰ ਤੁਸੀਂ ਅਕਲ ਦੇ ਦੀ ਨਾ, ਖੇਤਾਂ ਤੱਕ ਨਹੀਂ ਪਹੁੰਚ ਰਿਹਾ, ਤੁਸੀਂ ਤੇ ਉਹ ਸੂਰਜ ਤੱਕ ਪਹੁੰਚਾਈ ਜਾਂਦੇ ਹੋ ਜਿਹੜਾ ਹੈ ਹੀ ਕਰੋੜਾਂ ਮੀਲਾਂ ਦੂਰ, ਤੇ ਨਾਲੇ ਉਹ ਤਾਂ ਹੈ ਹੀ ਅੱਗ ਦਾ ਗੋਲਾ, ਤੁਸੀਂ ਉੱਥੇ ਪਹੁੰਚਾ ਸਕਦੇ ਹੋ? ਤੇ ਭਾਈ ਮੈਂ ਖੇਤਾਂ ਤੱਕ ਨਹੀਂ ਪਹੁੰਚਾ ਸਕਦਾ, ਧਰਤੀ ਦੇ ਤੇ ਮੇਰੇ ਖੇਤ ਨੇ। ਬਾਬੇ ਦੇ ਇਸ ਸਵਾਲ ਦਾ ਉਹਨਾਂ ਕੋਲ ਜਵਾਬ ਨਹੀਂ ਸੀ, ਉੱਥੇ ਹੀ ਸਿਰ ਝੁਕਾਤਾ। ਗੁਰੂ ਨਾਨਕ ਸਾਹਿਬ ਜੀ ਦਾ ਤਰੀਕਾ ਹੀ ਏਦਾਂ ਦਾ ਸੀ। ਹੁਣ ਇੱਕ ਹੋਰ ਇਤਿਹਾਸਕ ਘਟਨਾ ਕਹਿ ਕੇ ਸਮਾਂ ਹੋ ਰਿਹਾ, 5 ਮਿੰਟ ਬਾਕੀ ਨੇ, ਸਮੇਂ ਦੇ ਦਾਇਰੇ 'ਚ ਰਹਿ ਕੇ ਆਪਾਂ ਸਮਾਪਤੀ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਕੀ ਸੀ? ਇੱਕ ਜਗ੍ਹਾ ਤੇ ਮਰਦਾਨਾ ਜੀ ਨੂੰ ਨਾਲ ਲੈ ਕੇ ਪਹੁੰਚਦੇ ਨੇ, ਉੱਥੇ ਇੱਕ ਬੈਠਾ ਹੋਇਆ ਪੈਸਿਆਂ ਦਾ ਲਾਲਚੀ। ਇਸ ਬਾਬਤ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸ਼ਬਦ ਆਪਾਂ ਬਾਅਦ ਵਿੱਚ ਪੜ੍ਹਾਂਗੇ, ਪਹਿਲਾਂ ਆਪਾਂ ਸਮਝ ਲਈਏ। ਉਹ ਲੋਕਾਂ ਨੂੰ ਕਹਿ ਰਿਹਾ ਹੈ ਜਿਹੜੇ ਅੱਜ ਵੀ ਏਦਾਂ ਬਾਬੇ ਬਣ ਕੇ ਬੈਠੇ ਹੋਏ ਨਾ, ਚੌਂਕੜੇ ਲਾ ਕੇ, ਕੋਈ ਕੁਛ ਕਰੀ ਜਾਂਦਾ, ਕੋਈ ਕਹਿੰਦਾ ਆਓ ਜੀ ਮੈਂ ਸੁੱਖ ਦੇਵਾਂਗਾ, ਮੇਰੇ ਕੋਲ ਆਹ ਮਿਲੇਗਾ। ਇਸੇ ਤਰ੍ਹਾਂ ਉਹ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਲੋਕਾਂ ਨੂੰ ਕਹਿੰਦਾ ਹੈ ਮੇਰੇ ਕੋਲ ਆਓ, ਮੈਂ ਰੱਬ ਵੇਖ ਰਿਹਾ। ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਚੌਂਕੜਾ ਲਾਇਆ ਹੋਇਆ, ਸਮਾਧੀ ਵਿੱਚ ਬੈਠਾ ਹੈ ਬਾਬਾ। ਲੋਕ ਇਕੱਠੇ ਹੋ ਗਏ, ਮੈਨੂੰ ਰੱਬ ਦਿਖਾਈ ਦੇ ਰਿਹਾ ਹੈ, ਮੁਝੇ ਪਰਮਾਤਮਾ ਕੇ ਦਰਸ਼ਨ ਹੋ ਰਹੇ ਹੈ, ਭਗਵਾਨ ਦਿਖਾਈ ਦੇ ਰਿਹਾ ਹੈ, ਸ਼ਿਵਜੀ ਭਗਵਾਨ ਦਿਖਾਈ ਦੇ ਰਿਹਾ ਹੈ, ਤ੍ਰਿਲੋਕੀ ਦਿਖਾਈ ਦੇ ਰਹੀ ਹੈ। ਤੇ ਭੀੜ ਇਕੱਠੀ ਹੋ ਗਈ ਵੀ ਬੱਲੇ ਬੱਲੇ ਨੂੰ ਤਾਂ ਰੱਬ ਦਿਖਦਾ ਹੈ, ਜਿੱਦਾਂ ਸਾਡੀ ਆਦਤ ਨਹੀਂ ਕੋਈ ਬਾਬਾ ਗੱਪ ਸੁਣਾਉਂਦੇ ਤੇ ਪੈਰਾਂ 'ਚ ਮੱਥਾ ਟੇਕ ਦਿੰਦੇ ਆ, ਇੱਦਾਂ ਹੀ ਉਹ ਗੱਪਾਂ ਸੁਣਾਈ ਜਾ ਰਿਹਾ ਤੇ ਉਹ ਭੀੜ ਵੱਧ ਗਈ। ਗੁਰੂ ਨਾਨਕ ਸਾਹਿਬ ਜੀ ਪਿੱਛੇ ਖਲੋਤੇ ਦੇਖ ਰਹੇ, ਮਰਦਾਨੀ ਨੂੰ ਇਸ਼ਾਰਾ ਕੀਤਾ, ਮਰਦਾਨੀਆ ਇੱਕ ਕੰਮ ਕਰ। ਕਹਿੰਦੇ ਬਾਬਾ ਜੀ ਕਿਹੜਾ ਕੰਮ? ਕਹਿੰਦੇ ਉਹ ਜਿਹੜਾ ਨਾ ਇਹ ਬੰਦਾ ਝੂਠ ਬੋਲਦਾ, ਗੱਪਾਂ ਸੁਣਾ ਰਿਹਾ, ਕੋਈ ਇਹਨੂੰ ਰੱਬ ਰੂਪ ਨਹੀਂ ਦਿਖਾਈ ਦਿੰਦਾ। ਤੇ ਬਾਬਾ ਜੀ ਮੈਂ ਕੀ ਕਰਨਾ ਹੈ? ਕਹਿੰਦੇ ਤੂੰ ਇੱਕੋ ਕੰਮ ਕਰਨਾ ਹੈ, ਉਸ ਬਾਬੇ ਦੇ ਅੱਗੇ ਇੱਕ ਲੋਟਾ ਪਿਆ ਹੋਇਆ ਸੀ ਜਿਹਦੇ 'ਚ ਜਿਹੜੀ ਲੁਕਾਈ ਸੀ ਉਹ ਮੱਥਾ ਟੇਕਦੀ ਸੀ ਪੈਸੇ ਰੱਖ ਕੇ, ਤੇ ਪੈਸਿਆਂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਸੀ। ਉਹ ਜਦੋਂ ਪੈਸੇ ਰੱਖਦੇ ਆ ਤੇ ਅੱਖ ਖੋਲ ਕੇ ਵੇਖ ਲੈਂਦਾ ਸੀ ਵੀ ਪੈਸੇ ਪੈ ਰਹੇ ਆ ਕਿ ਨਹੀਂ ਪੈ ਰਹੇ, ਪੂਰਾ ਧਿਆਨ ਰੱਖਦਾ ਸੀ, ਇੱਕ ਅੱਖ ਖੋਲ ਕੇ ਦੇਖ ਲੈਂਦਾ ਸੀ ਲੱਗਾ ਰਿਹਾ ਕਿੰਨਾ ਚਿਰ।
ਮਰਦਾਨੇ ਨੂੰ ਇਸ਼ਾਰਾ ਕੀਤਾ, ਮਰਦਾਨੇ ਤੂੰ ਇੱਕ ਕੰਮ ਕਰਨਾ ਹੈ, ਜਦੋਂ ਹੀ ਅੱਖ ਦੀ ਬੰਦ ਲਗਾਤਾਰ ਅੱਖ ਬੰਦ ਕਰਕੇ ਰੱਖੂਗਾ ਨਾ, ਇਹਦਾ ਲੋਟਾ ਇਹਦਾ ਭਾਂਡਾ ਚੱਕ ਕੇ ਝਾੜੀਆਂ ਪਿੱਛੇ ਲੁਕਾ ਲਈ, ਇਹਦੇ ਪਿੱਛੇ ਹੀ ਰੱਖ ਲਈ ਤੇ ਵਾਪਸ ਆ ਜਾਈ ਮੇਰੇ ਕੋਲ। ਕਹਿੰਦੇ ਮਹਾਰਾਜ ਦੇਖ ਲਓ ਕਿਤੇ ਹੋਰ ਨਾ ਗਲ ਪੈ ਜਾਏ, ਇਹਨੂੰ ਤਾਂ ਰੱਬ ਦਿਖਾਈ ਦਿੰਦਾ, ਕੁਝ ਉਲਟਾ ਸਿੱਧਾ ਨਾ ਬੋਲਦੇ। ਗੁਰੂ ਨਾਨਕ ਸਾਹਿਬ ਜੀ ਫਿਰ ਕਹਿੰਦੇ ਮਰਦਾਨਿਆ ਕੋਈ ਗੱਲ ਨਹੀਂ, ਅੱਗੇ ਹੋ ਕੇ ਮਰਦਾਨਾ ਜੀ ਨੇ ਉਹ ਭਾਂਡਾ ਅੱਖਾਂ ਬੰਦ ਕੀਤੀਆਂ ਹੋਈਆਂ ਤੂੰ ਚੱਕ ਕੇ ਝਾੜੀਆਂ ਪਿੱਛੇ ਲਗਾਤਾ, ਅੱਖ ਖੋਲ੍ਹ ਕੇ ਦੇਖੀ ਭਾਂਡਾ ਗਿਆ, ਚੱਕਰ ਫਿਕਰ ਪੈ ਗਿਆ। ਹੁਣ ਗੁੱਸੇ 'ਚ ਕਹਿੰਦਾ ਮੈਂ ਭਸਮ ਕਰ ਦੂੰਗਾ, ਰਾਖ ਕਰ ਦੂੰਗਾ, ਮੈਂ ਸਭ ਕੋ ਤਬਾਹ ਕਰ ਦੂੰਗਾ, ਮੇਰਾ ਮੇਰਾ ਭਾਂਡਾ ਮੇਰਾ ਕਮੰਡਲ ਕਿੱਥੇ ਗਿਆ, ਮੇਰਾ ਰੱਬ ਮੇਰਾ ਭਗਵਾਨ ਉਹਦਾ ਤੇ ਉਹੀ ਭਗਵਾਨ ਸੀ ਨਾ, ਮੈਂ ਸਾਰਿਆਂ ਨੂੰ ਖਾਕ ਕਰ ਦਾਂਗਾ। ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨਾਲ ਅੱਗੇ ਹੋਏ, ਗੁਰੂ ਨਾਨਕ ਸਾਹਿਬ ਜੀ ਬੋਲਦੇ ਨੇ ਸਾਧੂ ਜੀ ਕੀ ਹੋਇਆ, ਮੇਰਾ ਭਾਂਡਾ ਕਿਸੇ ਨੇ ਲਗਾਤਾ, ਕਿਸੇ ਨੇ ਚੋਰੀ ਕਰ ਲਿਆ, ਕਿਸੇ ਨੇ ਚੁੱਕ ਲਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ ਨਾ ਬੜੇ ਪਿਆਰੇ, ਸਾਧੂ ਜੀ ਹੁਣੇ ਤੁਹਾਨੂੰ ਸ਼ਿਵ ਜੀ ਭਗਵਾਨ ਦਿਖਾਈ ਦਿੰਦਾ ਸੀ, ਹੁਣੇ ਤੁਹਾਨੂੰ ਤ੍ਰਿਲੋਕੀ ਦਿਖਾਈ ਦਿੰਦੀ ਸੀ, ਹੁਣੇ ਤੁਹਾਨੂੰ ਰੱਬ ਦਿਖਾਈ ਦੇ ਰਿਹਾ ਸੀ, ਗੱਲ ਹੀ ਬੜੀ ਸੌਖੀ ਹੈ, ਅੱਖਾਂ ਬੰਦ ਕਰੋ ਤੇ ਲੋਟਾ ਦੇਖ ਲਓ ਵੀ ਕਿੱਥੇ ਰੁਪਿਆ, ਆਪੇ ਕੱਢ ਲਓ, ਤੁਹਾਡੇ ਕੋਲ ਚਮਤਕਾਰ ਸ਼ਕਤੀਆਂ ਇੰਨੀਆਂ ਨੇ, ਅੱਖਾਂ ਬੰਦ ਕਰੋਗੇ ਲੋਟਾ ਤੇ ਤੁਹਾਡੇ ਸਾਹਮਣੇ ਆ ਜਾਣਾ ਚਾਹੀਦਾ। ਜਿੰਨੇ ਕੁ ਹੁਣ ਤੁਸੀਂ ਜਿੰਨੇ ਕੁ ਦਾਅਵੇ ਹੁਣ ਤੱਕ ਕਰ ਰਹੇ ਸੀ ਮੈਂ ਸੁਣ ਰਿਹਾ ਸੀ, ਉੱਥੇ ਨਾ ਉਹਦੇ ਕੋਈ ਜਵਾਬ ਨਹੀਂ, ਚੁੱਪ ਕਰ ਗਿਆ। ਕੀ ਦੱਸੇ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਇੱਕਦਮ ਉਹਨੂੰ ਇੰਜ ਪ੍ਰਤੀਤ ਹੋਇਆ ਵੀ ਇਹ ਕੌਣ ਹੈ ਬਾਬਾ, ਹੁਣ ਤੱਕ ਮੇਰਾ ਚੰਗਾ ਭਲਾ ਕੰਮ ਚੱਲਦਾ ਆ ਰਿਹਾ ਸੀ, ਇਹਨੇ ਆ ਕੇ ਨਾਸ ਮਾਰਤਾ। ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਤੇ ਦੁਨੀਆਂ ਨੂੰ ਪਖੰਡ ਕਰਕੇ ਲੁੱਟਦਾ ਪਿਆ ਸੀ, ਮੈਂ ਦੁਨੀਆਂ ਨੂੰ ਲੁੱਟਦਾ ਸੀ, ਤੁਸੀਂ ਆਏ ਹੋ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ। ਇਸ ਕਰਕੇ ਉੱਥੇ ਮੱਥਾ ਟੇਕ ਦਿੱਤਾ ਗੁਰੂ ਸਾਹਿਬ ਜੀ, ਅੱਖੀ ਤਾਂ ਮਿਟੇ ਨਾਕ ਪਕੜੇ ਠੱਗਣ ਕੋ ਸੰਸਾਰ, ਇਹ ਅੱਖਾਂ ਬੰਦ ਕਰ ਕਰਕੇ ਦਿਖਾਉਣਗੇ, ਮਤਾ ਇਹਨਾਂ ਦੇ ਭੁਲੇਖਿਆਂ ਵਿੱਚ ਭਰਮਾਂ ਵਿੱਚ ਨਾ ਪੈ ਜਾਇਓ, ਦਾਅਵੇ ਕਰਨਗੇ ਸਾਡੇ ਕੋਲ ਰੱਬ ਹੈ ਜੀ, ਆਓ ਤੁਹਾਨੂੰ ਰੱਬ ਦਿਖਾਈਏ। ਜਿਹੜੇ ਇਹ ਦਾਅਵਾ ਕਰਨ ਵਾਲੇ ਹੋਣਗੇ ਉਹਨਾਂ ਦੇ ਪੱਲੇ ਕੁਝ ਨਹੀਂ ਹੋਏਗਾ, ਐਵੇਂ ਲੁੱਟੇ ਨਾ ਜਾਇਓ। ਅੱਖੀ ਤਾਂ ਮਿਟੇ ਅੱਖਾਂ ਮਿਟਣਗੇ, ਨਾਕ ਪਕੜੇ ਨੱਕ ਫੜ ਫੜ ਕੇ ਦਿਖਾਉਣਗੇ, ਜਿੱਦਾਂ ਉਹ ਯੋਗ ਆਸਨ ਜਿਹਾ ਕਰ ਕਰਕੇ ਦਿਖਾਉਂਦਾ ਸੀ। ਅੱਖੀ ਤਾਂ ਮਿਟੇ ਨਾਕ ਪਕੜੇ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿਲ ਲੋਏ। ਆਂਟ ਕਹਿੰਦੇ ਅੰਗੂਠਾ, ਕਹਿੰਦੇ ਅੰਗੂਠੇ ਨਾਲ ਤਾਂ ਨੱਕ ਫੜ ਕੇ ਪਤਾ ਕੀ ਕਹਿੰਦਾ ਸੀ, ਕਹਿੰਦਾ ਸੀ ਮੈਨੂੰ ਤਰਲੋਕੀ ਦਿਖਾਈ ਦੇ ਰਹੀ ਹੈ, ਸੂਝ ਤੇ ਲੋਏ। ਤੇ ਕਹਿੰਦੇ ਫਿਰ ਕੀ ਹੋਇਆ, ਇਹਨੂੰ ਆਪਣੇ ਪਿੱਛੇ ਬਾਰੇ ਨਹੀਂ ਪਤਾ ਵੀ ਲੋਟਾ ਮੇਰੇ ਪਿੱਛੇ ਪਿਆ, ਉਹਦਾ ਭਾਂਡਾ ਚੋਰੀ ਹੋ ਗਿਆ, ਤੇ ਲੋਕਾਂ ਨੂੰ ਕਹਿੰਦਾ ਫਿਰਦਾ ਮੇਰਾ ਭਾਂਡਾ ਚੋਰੀ ਹੋ ਗਿਆ। ਜਿਸ ਨੂੰ ਆਪਣੇ ਭਾਂਡੇ ਬਾਰੇ ਨਹੀਂ ਪਤਾ ਉਹ ਤੁਹਾਨੂੰ ਰੱਬ ਬਾਰੇ ਕੀ ਦੱਸੇਗਾ। ਸਤਨਾਮ ਸ਼੍ਰੀ, ਇਹ ਪਖੰਡਾਂ ਵਿੱਚ ਅਸੀਂ ਨਹੀਂ ਫੈਲ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਇੱਕ ਨੁਕਤਾ ਅਪਣਾ ਕੇ ਜਾਇਓ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਸਿਧਾਂਤ ਚੋਂ। ਹੁਣ ਸਾਨੂੰ ਕੋਈ ਬਾਬਾ ਆ ਕੇ ਕਹੇ ਇੱਦਾਂ ਹੀ ਗੱਲ ਕਰੇ, ਆਓ ਜੀ ਮੇਰੇ ਕੋਲ ਸਭ ਕੁਛ ਦੇ ਦਿਆਂਗਾ, ਮੈਨੂੰ ਰੱਬ ਨਾਲ ਮੇਰੀ ਇੱਕ ਗੱਲ ਹੈ, ਤੇ ਉਹਦੀ ਨਾ ਕੋਈ ਚੀਜ਼ ਲੈ ਕੇ ਪਿੱਛੇ ਲੁਕਾ ਦਿਓ, ਚੱਪਲਾਂ ਹੀ ਲੁਕਾ ਦਿਓ, ਆਪੇ ਲੱਭਦਾ ਫਿਰ ਉਹਨੂੰ ਆਪਣੀਆਂ ਚੱਪਲਾਂ ਬਾਰੇ ਨਹੀਂ ਪਤਾ ਹੋਣਾ, ਤੇ ਰੱਬ ਦੀਆਂ ਗੱਲਾਂ ਕਰਨਗੇ ਕਿ ਰੱਬ ਸਾਨੂੰ ਮਿਲ ਗਿਆ, ਅਸੀਂ ਪਰਮਾਤਮਾ ਨੂੰ ਪਾ ਲਿਆ। ਇੰਨਾ ਵਹਿਮਾਂ ਭਰਮਾਂ ਪਖੰਡਾਂ ਚੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਸਿਧਾਂਤਾਂ ਦੇ ਚੱਲੀਏ। ਸਮਾਂ ਹੋ ਚੁੱਕਿਆ ਹੈ ਜੀ, ਇੰਨੀ ਕੁ ਬੇਨਤੀ ਹਾਜ਼ਰੀ ਪ੍ਰਵਾਨ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।